ਅੱਜ ਕਦੇ ਚਾਚੇ ਜਿਹੜੇ ਹੱਲੇ ਮੇਰੇ ਮਿੱਤਰਾਂ ਨੇ ਹੁੰਦੇ ਨੇ ਪਹਿਲੇ ਪਾਸੇ ਭਰਿਆਰੀ ਦੀ ਟੀਮ ਹੈ, ਇੱਕ ਪਾਸੇ ਕਦੇ ਨਿਬੜਦਾ ਕੰਮ ਤਾਂ ਨਿਬੜਦਾ ਕੰਮ ਦਾ ਹੋਵੇਗਾ। ਬਹੁਤ ਵੱਡਾ ਧੰਨਵਾਦ ਹੈ ਤੇ ਕਾਲੇ ਦੀ ਜਾਰੀ ਹੈ ਕਹਿੰਦੇ ਜਿਗਰੀ ਬਾਈ ਦੇ ਨਾਲ ਅੱਜ ਨੌਂ ਜਿਹੜੀ ਜਵਾਨ ਤਬਲੀ ਤੇ ਬਾਣੀਆਂ ਦੇ ਮੁੰਡੇ ਦੀ ਕਹਿੰਦੇ ਜਵਾਨ ਤਬਲੀ ਹੈ। ਅੱਜ 9:30 ਆ ਗਿਆ ਸੀ ਵੀ ਬਾਈ ਦਾ ਮੇਲਾ ਹੈ ਤੇ ਬਾਈ ਨਹੀਂ ਸੀ ਬਾਈ ਵੀ ਆਪਾਂ ਹਰੇ ਖਿਡਾਰੀ ਨੀ ਖੇਡਣ ਦੇਣੇ। ਅੱਜ ਕਾਲੇ ਨੇ ਕੋਈ ਹਰਾ ਖਿਡਾਰੀ ਨੀ ਖੇਡਣ ਦਿੱਤਾ, 5-7 ਖਿਡਾਰੀ ਪਹਿਲੇ ਆ ਗਿਆ ਸਾਰੀ ਬਾਹਰ ਬਾਹਰ ਦੇ। ਬਹੁਤ ਵੱਡਾ ਧੰਨਵਾਦ ਹੈ ਜਿਹੜੀ ਕਾਲੇ ਨੂੰ ਖੇਡ ਦਾ ਨਗਰ ਵੀ ਚੱਲਣਾ ਹੈ ਤੇ ਬਾਈ ਕਹਿੰਦਾ ਵੀ ਨਗਰ ਪਾਣੀ ਸੱਕ ਕੇ ਜਾਣਾ ਆਪਾਂ ਜਾਣਾ ਨੀ ਮੈਚ ਫਾਈਨਲ ਕਰਾਏ ਬਿਨਾ। ਸੋਹਣਾ ਮੈਂ ਮੁੱਖ ਮਹਿਮਾਨ ਵੀ ਜਿਹੜੇ ਕਹਿੰਦੇ ਧੰਨਵਾਦ ਕਰਦੇ ਸਾਡੇ ਸਤਿਕਾਰ ਦੇ ਯੋਗ ਵੀਰ ਦੀ ਕਿਰਪਾ ਕਰਕੇ ਸਟੇਜ ਤੇ ਜਿਹੜੇ ਬਰਾਜਮਾਨ ਹੋ ਜਾਣ ਲੋਕ ਸਾਹਮਣੇ ਬੰਦੇ ਬੰਦੇ ਬਹੁਤ ਤਾਲੀ ਮਾਰਦੇ ਥਮਣ ਵਾਲੇ ਗੱਡੀਆਂ ਦੀ ਚੱਲਦੇ ਕਹਿੰਦੀ ਜੇਤੂ ਜੀ ਮਾਧਪੁਰੇ ਦੀ ਬਹੁਤ ਸੋਹਣਾ ਖੇਡੇ ਮੁੰਡੇ ਥਮਣ ਵਾਲੀਆਂ ਵੀ ਬਹੁਤ ਸੋਹਣਾ ਖੇਡੇ ਕਾਲੀ ਵਾਲਾ ਗੁਰੀ ਤੇ ਦੀਪ ਸਿੰਘ ਵਾਲਾ ਜਲਦੀ ਦੇ ਨਾਲ ਧੰਨਵਾਦ ਆਪਾਂ ਕਰਾਂਗੇ। ਤੁਸੀਂ ਆਏ ਅਸੀਂ ਖੁੱਲੇ ਨਾ ਸਮਾਏ ਧੰਨ ਭਾਰ ਸਦੇ ਆਇਆਂ ਨੂੰ ਸਾਡੇ ਸਾਰੇ ਵੱਲੋਂ ਸਾਨੂੰ ਜੀ ਆਇਆਂ ਨੂੰ ਜਿਹਨੇ ਵੀ ਸਰਕਾਰ ਦੀ ਉੱਤੇ ਪੁੱਜੀ ਹੈ ਸਾਰੇ ਵੀਰਾਂ ਦਾ ਆਪਾਂ ਵੱਡਾ ਧੰਨਵਾਦ ਕਰਾਂਗੇ। ਆਓ ਜੀ ਟੀਮਾਂ ਜਲਦੀ ਦੇ ਨਾਲ ਇਧਰਲੇ ਪਾਸੇ ਬਹੁਤ ਬਹੁਤ ਧੰਨਵਾਦ ਸਾਡੇ ਅੱਗੇ ਮੁੱਖ ਮਹਿਮਾਨ ਸਾਡੇ ਮਾਣ ਦੇ ਸਤਿਕਾਰ ਦੇ ਯੋਗ ਜਿੰਨੇ ਵੀ ਵੀਰ ਜਿਹੜੇ ਭਰਾ ਜਿਹੜੇ ਪੁੱਜੇ ਆ ਬਹੁਤ ਵੱਡਾ ਧੰਨਵਾਦ ਕਰਦੇ ਹਾਂ ਸਾਡੇ ਜਿੰਨੇ ਵੀ ਮਾਣ ਦੇ ਸਤਿਕਾਰ ਦੇ ਯੋਗ ਸਾਰੇ ਜਣਾ ਜੁੜਿਆ ਮੋਸਟ ਵੈਲਕਮ ਸਾਡੀ ਸਾਰੀ ਪ੍ਰਬੰਧਕੀ ਕਮੇਟੀ ਦੇ ਵੱਲੋਂ ਕਹਿ ਦੇਣਾ ਹੋਇਆ ਜਿਹੜਾ ਧੰਨਵਾਦ।
ਲੱਗ ਗਿਆ ਸੀ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰਾਨੇ। ਨਵੀਂ ਨਵੀਂ ਟੀਮ ਆਓ ਜੀ, ਜਲਦੀ ਦੇ ਨਾਲ ਦੋਨੋਂ ਟੀਮਾਂ ਦੇ ਖਿਡਾਰੀਆਂ ਨੇ ਆ ਜਾਣਾ, ਇਹ ਬੇਨਤੀ ਹੈ ਜੀ ਸਾਡੀ। ਕਮਾਂਡੋ ਲਈ ਦੱਸ ਵੀ ਦਿਸ ਗਿਆ ਗੋਲੀ ਨੂੰ, ਬਹੁਤ ਐਮ ਐਲ ਏ ਤਾਂ ਹੈਗੀ ਆ, ਇਹਨਾਂ ਐਮ ਪੀ ਠੇ ਤਾਂ ਲੱਗੇ ਇੱਥੋਂ। ਵਾਹ ਚਲੋ ਆ ਜੀ ਟੀਮਾਂ ਜਲਦੀ ਦੇ ਨਾਲ ਗੁਰਿੰਕਾਲੀ ਵਾਲਾ, ਮੇਰੀ ਗੁਰਿੰਕਾਲੀ ਦੇਰੀਆਂ ਸੁਣਿਆ ਤੇਰੀ ਟੀਮ ਤੇ ਲੇਟ ਉਹਨਾਂ ਦੀ ਨਹੀਂ, ਆ ਜਾ ਜਲਦੀ ਦੇ ਨਾਲ ਗੁਰਿੰਕਾਲੀ ਵਾਲਾ। ਆਦਮਪੁਰੇ ਦੀ ਟੀਮ ਦਾ ਇੱਕ ਰੈਫਰੀ ਆਓ ਜੀ, ਆਦਮਪੁਰੇ ਵਾਲੇ ਬੰਦੇ ਜਿੱਤ ਕੇ ਗਏ ਹੈ। ਉਧਰ ਸਾਡਾ ਬਿੰਦੀ ਮਲੂਚ ਵਾਲਾ ਵੀਰ ਹੈ ਜਿਹਨੇ ਆਪਣਾ ਕਰਤੱਵ ਕਰਨਾ ਹੈ, ਇਹਦਾ ਵੀ ਵੱਡਾ ਧੰਨਵਾਦ ਆਪਾਂ ਕਰਾਂਗੇ ਸਾਰੇ ਮੁਸਤਫਾ ਨੇ ਜੋ ਪਿਆਸਤਰੀ ਨਹੀਂ ਆ ਵੀਰੇ, ਮੀਡੀਆ ਦਾ ਟੂਰਨਾਮੈਂਟ ਆ ਬਾਈ। ਚਲੋ ਉਹ ਤਾਂ ਗਾਣ ਹੋਇਆ ਬੜਾ ਬਹੁਤ ਸੋਹਣੇ ਮੁਕਾਬਲੇ ਆਪਾਂ ਦੇਖ ਰਹੀ ਹੈ। ਉਦੋਂ ਸਾਡੇ ਅੱਜ ਦੇ ਮੁੱਖ ਮਹਿਮਾਨ ਡਾਕਟਰ ਅਮਨਦੀਪ ਅਰੋੜਾ ਜੀ, ਹਲਕਾ ਮੋਗਾ ਐਮ ਐਲ ਏ ਆਮ ਆਦਮੀ ਪਾਰਟੀ, ਉਹ ਵੀ ਸਾਡੇ ਦਰਮਿਆਨ ਜਿੱਤੇ ਤੌਰ ਤੇ ਵਧੀਆ ਹੈ, ਖੇਡਾਂ ਦੇ ਲਈ ਬਹੁਤ ਵਧੀਆ ਨੇ ਜੀ, ਖੇਡਾਂ ਦੇ ਲਈ ਬਹੁਤ ਵਧੀਆ ਪ੍ਰਣਾਲੀ ਕਰ ਰਹੀ ਹੈ, ਵੱਡਾ ਧੰਨਵਾਦ ਆਪਾਂ ਕਰਾਂਗੇ। ਕਾਲੀਅਲ ਦੀ ਟੀਮ ਪੁੱਜ ਗਈ ਹੈ ਤੇ ਮੈਚ ਖੇਡਿਆ ਜਾਣਾ ਦੀਪ ਸਿੰਘ ਦੇ ਨਾਲ। ਆਦਮਪੁਰੇ ਦੀ ਟੀਮ ਦੇ ਲਈ ਵੀ ਇੱਕ ਮਿੰਟ ਆਈਏ, ਨੋਟ ਕਰ ਲਓ ਆਦਮਪੁਰੇ ਵਾਲੇ ਮੁੰਡੇ, ਦੂਜਾ ਮਿੰਟ ਵੀ ਦਿੱਤਾ ਜਾਣਾ ਹੈ ਆਦਮਪੁਰੇ ਦੀ ਟੀਮ ਵਾਲੇ ਇੱਥੇ ਆ ਜੀ। ਆਦਮਪੁਰੇ ਵਾਲੇ ਮੁੰਡੇ ਲੈਣਾ ਤੁਸੀਂ ਮਾਰ ਸਕਦੇ ਹੋ ਖਾਰੀ ਦੋਨੋਂ ਟੀਮਾਂ ਲੈਣਾ ਪਊ ਜੀ ਖਿਡਾਰੀਆਂ ਦੇ ਨਾਲ, ਯਾਦ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਦੇ ਲਈ ਪਾਸੇ ਤਸਵੀਰ ਹੋਵੇਗੀ, ਬੇਨਤੀ ਹੈ ਮੇਰੀ ਦੋਨੋਂ ਟੀਮਾਂ ਨੂੰ ਹੋਰ ਦੇ ਸਾਈਡ ਹੋ ਕੇ ਬੈਠ ਜਾਣਗੇ ਟੀਮਾਂ ਦੇ ਖਿਡਾਰੀ, ਇੱਕ ਯਾਦਗਾਰੀ ਤਸਵੀਰ ਹੋਵੇਗੀ ਜੀ।
ਆਉਂਦੀਆਂ ਨੇ ਆ ਕੇ ਤੂਫਾਨ ਚਲੇ ਜਾਂਦੇ ਹੈ, ਅੰਧੇਰੀਆਂ ਆਉਂਦੀਆਂ ਨੇ ਆ ਕੇ ਤੂਫਾਨ ਚਲੇ ਜਾਂਦੇ ਹੈ, ਬਸ ਯਾਦਾਂ ਹੀ ਪਿੱਲੇ ਰਹਿ ਜਾਂਦੀਆਂ ਨੇ ਆ ਕੇ ਇਨਸਾਨ ਚਲੇ ਜਾਂਦੇ ਹੈ। ਇੱਕ ਯਾਦਗਾਰੀ ਤਸਵੀਰ ਕੀਤੀ ਜਾ ਰਹੀ ਹੈ ਸਾਡੇ ਅੱਜ ਦੇ ਮੁੱਖ ਮਹਿਮਾਨ, ਇਹਨਾਂ ਦੇ ਸਾਨੂੰ ਬੜੇ ਲੰਬੇ ਸਮੇਂ ਤੋਂ ਉਡੀਕ ਸੀ, ਇੰਤਜ਼ਾਰ ਵੀ ਸੀ, ਇਹਨਾਂ ਦੀ ਅੱਜ ਬਹੁਤ ਵੱਡੀ ਹਾਜ਼ਰੀ ਹੈ। ਹੈਲੋ, ਠੀਕ ਹੈ ਠੀਕ ਹੈ, ਬਣੀ ਨੀ ਗੱਲ ਧਿਆਨ ਭਰ ਗਿਆ ਜਸ਼ਨ ਪੁਆਇੰਟ ਕੀ ਆ? ਦੋ ਨੋ ਵੀਰੇ, ਦੋ ਪੁਆਇੰਟ ਸ਼ਾਲੂ ਭੰਡਾਰੀ, ਨੋ ਪੁਆਇੰਟ ਘੰਟਾ ਮੈਂ ਚੱਲ ਪਿਆ ਵੀਰੇ, ਕਰ ਦੋ ਛੇ ਕਰ ਦੋ ਵੀਰੇ, ਦੋ ਨੋ ਦੀ ਟੱਕਰ ਆ ਬਾਈ, ਸ਼ਾਲੂ ਭੰਡਾਰੀ ਤੇ ਕੱਟਿਆਂ ਵਾਲੀ ਸ਼ਾਲੂ ਕਿਰਦਾ ਮਣੀ ਪਾਸੀਆਂ ਇੱਧਰ ਰੇਕੋ ਵਧਾਈਆਂ ਕੱਟਿਆਂ ਵਾਲੀ ਮਣੀ ਪੱਖਾ। ਓਕੇ ਓਕੇ ਬਾਈ ਜਗਦੀਪ ਢਿੱਲੋਂ ਬਾਈ, ਥੈਂਕ ਯੂ ਵੀਰੇ, ਥੈਂਕ ਯੂ ਬਾਈ, ਉਹੀ ਮੈਸੇਜ ਕਰੀ ਤੇ ਮੈਂ ਬਾਈ ਸੁੱਤਾ ਪਿਆ ਸੀ ਯਾਰ, ਡਰ ਕੇ ਲੇਟ ਆਏ ਸੀ, ਸੁੱਤੇ ਨੀ, ਮੈਂ ਰੈਸਟ ਕਰਨ ਗਏ ਹੁਣੇ ਆ ਬਾਈ। ਹੋਰ ਠੀਕ ਠਾਕ ਬਾਈ? ਚਲੋ ਸਾਹਿਬ ਬਹੁਤ ਵਧਾਈਆਂ ਸੁਣੋ ਜਗਦੀਪ ਬਾਈ, ਟੂਰਨਾਮੈਂਟ ਦੀਆਂ ਬਹੁਤ ਸੋਹਣਾ ਟੂਰਨਾਮੈਂਟ, ਬਹੁਤ ਸੋਹਣੇ ਪ੍ਰਬੰਧ ਸੀ ਤੁਹਾਡੇ ਤੇ ਬਹੁਤ ਟਾਈਮ ਨਾਲ ਹੀ ਖਤਮ ਹੋ ਜਾਣਾ ਬਾਈ, ਬਹੁਤ ਵੱਡੀ ਗੱਲ ਆ। ਮਣੀ ਅੱਜ ਦੇ ਮੁੱਖ ਮਹਿਮਾਨ ਜਗਦੀਪ ਢਿੱਲੋਂ ਜੀ ਆਇਆਂ ਆਸਟ੍ਰੇਲੀਆ ਵਿੱਚ ਕਰਦੇ ਆ ਤੇ ਹੁਣ ਅਸੀਂ ਬੇਨਤੀ ਕਰਦੇ ਆ ਐਮਐਲਏ ਸਾਨੂੰ ਕਿ ਆਪਣੇ ਵਿਚਾਰ ਗੁਰਪ੍ਰੀਤ ਸਿੰਘ ਧੰਨਵਾਦ ਬਾਈ, ਧੰਨਵਾਦ ਧੰਨ ਧੰਨ ਬਾਬਾ ਸੁੱਚਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਅੱਜ ਇਸ ਲਈ ਭਾਜੀ ਸਾਡੇ ਇੱਥੇ ਜਗ੍ਹਾ ਉਸ ਤਰ੍ਹਾਂ ਦੀ ਬਣੀ ਹੋਈ ਆ, ਉਸੇ ਤਾਂ ਬੈਠੇ ਆ, ਵਧੀਆ ਵਧੀਆ ਇੱਟ ਸਜਾ ਕੇ ਮਟੀਰੀਅਲ
ਕਰ ਪਿੱਟਰ ਕਰ ਆਪਣੇ ਗਰੁੱਪਾਂ ਨੇ ਸ਼ੇਅਰ ਕਰਦੇ ਬਾਈ ਬਹੁਤ ਅਲੱਗ ਲੱਗਿਆ ਆ ਸ਼ਾਲੂ ਭੰਡਾਰੀ ਤੇ ਕੱਟਣ ਵਾਲੀ ਵਧੀਆ ਯਾਰ ਕੁਲਦੀਪ ਸਿੰਘ ਵਧੀਆ ਵਧੀਆ ਬਾਈ ਕੁਲਦੀਪ ਤੁਸੀਂ ਸੁਣਾਓ ਸੋ ਅੱਜ ਤੀਸਰਾ ਟੂਰਨਾਮੈਂਟ ਹੈ ਜਿੱਥੇ ਮੈਂ ਪਹੁੰਚੀ ਹਾਂ ਬਹੁਤ ਅੱਛਾ ਲੱਗਦਾ ਕਿਉਂਕਿ ਸਾਡੇ ਪੰਜਾਬ ਦਾ ਅਸਲੀ ਵਿਰਸਾ ਹੀ ਇਹ ਹੈ ਕਿ ਸਾਡੇ ਨੌਜਵਾਨ ਖੇਡਣ ਸਾਡੇ ਪੰਜਾਬ ਦੀਆਂ ਖੇਡਾਂ ਖੇਡਣ ਕਿਉਂਕਿ ਸਾਡੇ ਸੀਐਮ ਸਰਦਾਰ ਪਰਮਾਨ ਸਿੰਘ ਮਾਨ ਜੀ ਵੀ ਇਹੀ ਚਾਹੁੰਦੇ ਹੈ ਕਿ ਸਾਡੇ ਪੰਜਾਬ ਦੇ ਨੌਜਵਾਨ ਗਰਾਊਂਡਾਂ ਦੇ ਵਿੱਚ ਸਾਨੂੰ ਮਿਲਣ ਇਸੇ ਕਰਕੇ ਉਹਨਾਂ ਨੇ ਖੇਡਾਂ ਕਦਮ ਪੰਜਾਬ ਦੀਆਂ ਸਟਾਰਟ ਕਰਵਾਈਆਂ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਵਾਰ ਸਾਡੇ ਸਾਰੇ ਹੀ ਖਿਡਾਰੀ ਖੇਡ ਕੇ ਗੋਲਡ ਮੈਡਲ ਸਿਲਵਰ ਮੈਡਲ ਤੇ ਬ੍ਰੌਂਜ਼ ਮੈਡਲ ਲੈ ਕੇ ਪੰਜਾਬ ਪਹੁੰਚੇ ਤੇ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਔਰ ਨੌਕਰੀਆਂ ਦਿੱਤੀਆਂ ਨੇ ਤੇ ਮੈਂ ਆਪਣੇ ਵੀਰਾਂ ਲਈ ਇਹੀ ਬੇਨਤੀ ਕਰੂੰਗੀ ਵਧੀਆ ਵਧੀਆ ਸੁਖਜੋਤ ਢਿੱਲੋਂ ਸੁੱਖੂ ਥੰਮਾ ਵਾਲੀਵਾਲ ਦਾ ਕਾਣ ਕਹਿੰਦੇ ਜਿਹਨੂੰ ਬਾਈ ਕੀ ਹਾਲ ਆ ਮੁਬਾਰਕਾਂ ਬਾਈ ਸਿੱਖਿਆ ਤੈਨੂੰ ਸੁੱਖੂ ਥੰਮਣਾ ਟੂਰਨਾਮੈਂਟ ਦੀਆਂ ਬਹੁਤ ਸਾਰਾ ਟੂਰਨਾਮੈਂਟ ਆ ਬਹੁਤ ਸਾਰਾ ਪ੍ਰਬੰਧ ਆ ਬਾਈ ਵਧੀਆ ਗਰਾਊਂਡ ਆ 9-2 ਦੀ ਸੈਡ ਸੋਰੀ 2-9 ਦੋ ਪੁਆਇੰਟ ਸ਼ਾਲੂ ਦੇ 9 ਪੁਆਇੰਟ ਘੱਟੇ ਦੇ ਸਾਡਾ ਚੇਂਜ ਆ ਬਾਈ ਮੈਂ ਬੇਨਤੀ ਕਰੂੰਗਾ ਸਾਡੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਨੂੰ ਮਣੀ ਵਾਸੀਆਂ ਨਹੀਂ ਇੱਕ ਵਾਰ ਟੂਰਨਾਮੈਂਟ ਪਿੰਡ ਥੰਮਣਾ ਜਿਹੜਾ ਮੋਗਾ ਬਾਈ ਰਿਕਾਰਡ ਹੀ ਮਾਨਜਣਾ ਬਾਈ ਅੱਜ ਕਹਿੰਦੇ ਟੂਰਨਾਮੈਂਟ ਬਹੁਤ ਟਾਈਮ ਦਾ ਖਤਮ ਹੋ ਜਾਣਾ ਬਹੁਤ ਵਧੀਆ ਸੋਚਿਆ ਕਮੇਟੀ ਦੀ ਬਾਈ ਵੱਡਣਾ ਕੌਣ ਜਾ ਤੂੰ ਹੀ ਲੱਗਦਾ ਵੱਡਾ ਨੀ ਨੀਵਾ ਕਰਾ ਦਿਆ ਕੁਛ ਮਣੀ ਵਾਸੀਆਂ ਸ਼ਾਲੂ ਭੰਡਾਰੀ ਪਾ ਬਲੀਆ ਪਤਾ ਪਾਸੇ 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 ਵੱਧ ਕੇ ਪਾਸੇ ਵਾਹ ਪੰਮੋ ਠੀਕ ਹੈ ਵਾਹ ਸ਼ਾਲੂ ਰਾਇਫਲ ਬਾਗੜੀ ਬਹਿ ਬਹਿ ਲੋ ਦਿਸ਼ਾ ਧੰਨਵਾਦ ਬਾਈ ਧੰਨਵਾਦ ਢਿੱਲੋ ਦਿਸ਼ਾ ਦਾ ਪੁਆਇੰਟ ਵੀਰੇ 9-2 ਹੀ ਆ ਵੀਰੇ 2 ਪੁਆਇੰਟ ਸ਼ਾਲੂ ਦੇ 9 ਪੁਆਇੰਟ ਕੱਟਣ ਦੇ ਸਰਸਮਨ ਸ਼ਾਲੂ ਦੇ ਨਾ
ਮੋਂਟੀ ਚੰਨਣ ਖੇੜਾ ਆਏ ਮੋਂਟੀ ਕਿਵੇਂ ਆ ਅਮਰੀਕਾ ਵਾਲਿਓ ਮੋਂਟੀ ਯਾਰ ਚੰਨਣਾ ਕੀਪਾ ਸਰਾ ਸਰਾ ਵੀਰੇ ਕਰ ਦੋ ਸ਼ੇਅਰ ਕਰ ਦੋ ਬਾਈ ਸਾਰੇ ਭਰਾਵਾਂ ਧੰਨਵਾਦ ਬਹਿ ਬਾਈ ਬਾਈ ਡਟਰ ਬਹਿ ਨਾਲਿਆ ਰਾਜਦੀਪ ਓਕੇ ਓਕੇ ਹਾਂ ਵਧੀਆ ਵਧੀਆ ਮੋਂਟੀ ਮੇਰਾ ਸੈੱਟ ਆ ਕਬਦਰਾ ਕੰਮ ਕਰ ਸ਼ਾਲੂ ਬਨਿਆਰੀ ਵਾਹ ਬੋਲਿਓ ਮਾੜੀ ਵਾਸੀਆਂ ਚਾਲੂ ਵਾਹ ਭਾਜੀ ਤਿੰਨ ਨਾ ਹੋ ਗਏ ਬਾਈ ਸਤਿ ਸ੍ਰੀ ਅਕਾਲ ਜੀ ਸਤੀ ਸ਼ਾਂਡਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਧੀਆ ਬਾਈ ਵਧੀਆ ਤੁਸੀਂ ਸੁਣਾਓ ਆਂਡਾ ਜੀ ਮਾਰੋ ਸ਼ੇਅਰ ਇੱਕ ਤਾਂ ਬਾਈ ਤਿੰਨ ਨਾ ਹੋ ਗਏ ਤਿੰਨ ਪੁਆਇੰਟ ਚਾਲੂ ਬਨਾਰੀ ਨੌ ਪੁਆਇੰਟ ਓਕੇ ਓਕੇ ਠੀਕ ਆ ਮੋਂਟੀ ਚਲੋ ਓਕੇ ਰਿਪੋਰਟ ਚਾਹੀਦੀ ਬਾਈ ਤੁਹਾਡੇ ਪੂਛ ਰਹੇ ਆ ਤੁਸੀਂ ਮਾਨਾ ਆ ਦੋ ਭਰਾ ਚਾਰ ਚਾਰ ਮਿਲ ਜਾਣਗੇ ਕੁਆਟਰ ਹਾਂਜੀ ਕੁਆਟਰ ਚ ਜੱਜ ਅੰਦਰ ਵਾਲਾ ਇਹ ਫਰੋਸ਼ਾ ਦਾ ਵੀ ਨੈਟ ਮਾਰ ਸੋਹਣਾ ਮੁੰਡਾ ਬਾਬਾ ਪਾਣੀ ਪਈ ਹੁਣ ਹੀ ਸੋਹਣਾ ਮਤਲਬ ਨੈਟ ਨਾਲ ਸੋਹਣਾ ਖੇਡਦਾ ਧੰਨਵਾਦ ਜੀ ਧੰਨਵਾਦ ਬਾਰਾਂ ਹਜ਼ਾਰ ਇੱਥੇ ਨਾ ਅਠਾਰਾਂ ਬਾਰਾਂ ਵਜੇ ਬਈ ਟਾਈਆਂ ਕਰਦੇ ਆ ਜੇਤੂ ਟੀਮਾਂ ਦੇ ਅੱਗੇ ਖਿਡਾਰੀ ਆ ਸਕਦਾ ਜੀ ਟਾਈਆਂ ਦੇਖਣ ਲਈ ਪੁਆਇੰਟ ਤਿੰਨ ਹੋ ਗਈ ਹਾਂ ਜੀ ਤਿੰਨ ਪੁਆਇੰਟ ਉੱਧਰ ਸ਼ਾਲੂ ਬਣਾਈ ਦੇ ਨੌ ਪੁਆਇੰਟ ਕਟਿਆਲੀ ਹਾਂ
ਬਦਲੇ ਪਾਸੇ ਸਾਡੀ ਰਾਜ ਕੁਮਾਰ ਜੀ ਸਾਰੀ ਟੀਮ ਨੂੰ ਕੱਪਾਂ ਦੇ ਨਾਲ ਪਲੱਸ ਜਿਹੜੀਆਂ ਸੋਨੇ ਦੀਆਂ ਨੱਤੀਆਂ ਜਿਹੜੀਆਂ ਦਿੱਤੀਆਂ ਜਾਣਗੀਆਂ ਵੱਡੇ ਖਾਤੇ ਮਾਨ ਸਨਮਾਨਾਂ ਦੀ ਗੱਲਬਾਤ ਹੋ ਰਹੀ ਹੈ। ਸਾਡੇ ਸੋਨ ਸਾਥੀ ਉਹਨਾਂ ਨੂੰ ਬੇਨਤੀ ਹੈ ਮਿਲ ਲਾ ਕੇ ਜਾਂ ਜੁਗਨੂ ਸਦਾ ਵੀ ਉਧਰਲੇ ਪਾਸੇ ਸਾਡੇ ਸਰਦਾਰ ਤਰਸੇਮ ਸਿੰਘ ਜੀ ਢਿੱਲੋਂ ਸੁਖੋ ਦੇ ਬਾਪੂ ਜੀ ਕਹਿੰਦੇ ਵੀ ਹਰਿਆਣੇ ਵਾਲੇ ਮੁੰਡੇ ਸਾਹਮਣੇ ਜਿੱਤ ਗਏ ਤੇ ਆਪਣੇ ਵੱਲੋਂ ਜਿਹੜੇ 500 ਦੇ ਵੱਡੇ ਮਾਨ ਸਨਮਾਨ ਜਿਹੜੇ ਕੀਤੇ ਜਾਣਗੇ ਗੱਲਾਂ ਬਾਤਾਂ ਕਦੇ ਵੱਡੇ ਮਾਨ ਸਨਮਾਨਾਂ ਦੀਆਂ ਹੋਣਗੀਆਂ। ਪ੍ਰੇਤਰਲੇ ਪਾਸੇ ਕਦੇ ਵੱਡੀ ਲੀਗ ਜਿਹੜੀ ਮੁੰਡਿਆਂ ਨੇ ਬਣਾ ਲਈ ਹੈ ਨਵੀਂ ਖਿਡਾਰੀ ਆ ਜਾਂ ਖਿਡਾਰੀ ਜਿਹੜੀ ਕਦੇ ਉਹ ਫੜਦੀ ਪੈਣੀ ਹੈ ਨੰਬਰ ਕਿਤਨਾ ਜੋੜਦੇ ਪੈਣੇ ਆ ਉਹ ਵੀ ਕਿਤੇ ਡਿਫੈਂਸ ਦੇ ਮੁੰਡੇ ਪਾਲੇ ਪੰਗੇਰੇ ਤੇ ਸਿੰਗਲ ਕਦੇ ਸਾਰਾ ਸੀਜ਼ਨੀ ਮੁੰਡੇ ਤਗੜੇ ਖੇਡੇ ਆ। ਤੇਨ ਸ਼ਰਮਾ ਸਤੀਸ਼ ਸ਼ਾਂਡਾ ਜੀ ਹਾਂਜੀ ਹਾਂਜੀ ਬਾਈ ਵਾਹ ਚਾਲੂ ਜੀਸ਼ ਕੁਮਾਰ ਕਿਰਨ ਸ਼ਰਮਾ ਧੰਨਵਾਦ ਜੀ ਧੰਨਵਾਦ ਬਾਈ ਬਹੁਤ ਬਾਕੀ ਹੈ
ਉਧਰਲੇ ਪਾਸੇ ਭਰਾ ਸਾਡਾ ਗੈਰੀ ਆਸਟ੍ਰੇਲੀਆ ਨਾਲ ਸਰਦਾਰ ਗੁਰਦੀਪ ਢਿੱਲੋਂ USA ਮਾਪ ਆਸਟ੍ਰੇਲੀਆ ਨਾਲ ਭੱਲਾ ਢਿੱਲੋਂ ਕਨੇਡਾ ਇਹਨਾਂ ਵੀਰਾਂ ਦੇ ਵੀਰਾਂ ਦੇ ਬਹੁਤ ਵੱਡੇ ਸਾਡੇ ਯੋਗਦਾਨ ਨੇ ਤੇ ਭਰਾ ਸਾਡੇ ਕਿਹਾ ਕਿ ਆਪਾਂ ਅੱਜ ਕਈ ਵੀਰਾਂ ਦਾ ਜਿਹੜੇ ਮਾਣ ਸਨਮਾਨ ਜਿਹੜੇ ਵਿਸ਼ੇਸ਼ ਤੌਰ ਤੇ ਬਾਲ ਪੇਪਰਾਂ ਦੇ ਨਾਲ ਕਰਦੇ ਹਾਂ ਸਰਦਾਰ ਸੁਖਮੰਦਰ ਸਿੰਘ ਜੀ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਹੀ ਸਾਡੇ ਸਰਦਾਰ ਜਸਵੀਰ ਸਿੰਘ ਢਿੱਲੋਂ ਸਰਦਾਰ ਗੁਰਦੀਪ ਸਿੰਘ ਢਿੱਲੋਂ USA ਗੋਪੀ ਢਿੱਲੋਂ ਸਰਦਾਰ ਬਲਜੀਤ ਸਿੰਘ ਜੀ ਸਾਡੇ ਵੀਰ ਜਗਰੂ ਢਿੱਲੋਂ ਜਸਪ੍ਰੀਤ ਸਿੰਘ ਤੇ ਨਾਲ ਸਾਡੇ ਮਾਣਾ ਗਿੱਲ ਸਰਦਾਰ ਜਸਕਰਨ ਬਰਾੜ ਜਸਵਿੰਦਰ ਢਿੱਲੋਂ ਮਰੀ ਢਿੱਲੋਂ ਹਰਮਨ ਬਰਾੜ ਕਨੇਡਾ ਨਾਲ ਭਰਾ ਸਾਡਾ ਬਰਾੜ ਹੈਪੀ ਗਿੱਲ ਗੁਰਭਜਨ ਸਿੰਘ ਤੇ ਨਾਲ ਸਾਡੇ ਭਰਾ ਸਕੋਰ ਬਈ ਦੱਸਦੇ ਆ ਵੇਟ ਕਰੀ 9-3 ਨਹੀਂ ਮੈਂ ਜਸ਼ਨ ਓ ਆ ਜਸ਼ਨ 3-9 ਹੀ ਆ ਦੱਸ ਟਾਲੀ ਤੇ 3 ਮਿੰਟ ਤੋਂ ਸ਼ੁਰੂ ਕਰੀ ਓ ਵਾਹ ਬਿਲਕੁਲ ਵਧਾਈਆਂ
ਕਿਹੜੇ ਹੋਗੇ ਨੰਬਰ ਵਾਈਫਾਈ ਚੱਲਦਾ ਵੀਰੇ ਖੋਲੀ ਮਾੜਾ ਖੋਲੀ ਆਪਣਾ ਗਰਮ 11 ਵੇ 11 ਦਿਨ ਸਹੀ ਹੈ ਵੀਰੇ ਕਰਮ ਰਾਏ ਚੈੱਕ ਕਰੋ ਆਦ ਕੋਲ ਚੈੱਕ ਕਰੋ ਨੈਟਵਰਕ ਇੱਥੇ ਸਹੀ ਆ ਉਹ ਚੱਕਣੇ ਤੁਹਾਨੂੰ ਵਾਹ ਮੁੰਡਿਓ ਵੀਰ ਗੱਲ ਪੁਆਇੰਟ 11 ਦਿਨ ਹੋ ਗਏ 11 ਘੱਟ 40 3 ਪੁਆਇੰਟ
ਚੱਲ ਬਣਾ ਲੈ ਬਾਗੜੀ ਛਾਲੂ ਭਰਿਆਰੀ ਮੁੰਡਿਓ ਸਰਾ ਮੈਚ ਲੱਗਿਆ ਮੈਂ ਬਈ 11 ਦਿਨ ਚੱਕਰ ਬਈ ਮਾਨਾ ਤੇ ਕਾਲੀ ਵਾਲਾ ਗਗਨਾ ਹੋ ਜੀ ਇੱਕ ਨੰਬਰ ਗਰਾਊਂਡ ਤੇ ਮਾਨਾ ਤੇ ਕਾਲੀ ਵਾਲਾ ਗਗਨਾ ਇੱਕ ਨੰਬਰ ਗਰਾਊਂਡ ਤੇ ਆਉਂਦੀ ਜੀ ਮੈਂ ਜਲਦੀ ਦੇ ਨਾਲ ਮਾਨਾ ਤੇ ਕਾਲੀ ਵਾਲਾ ਗਗਨਾ ਮਾਨਾ ਤੇ ਕਾਲੀ ਵਾਲਾ ਗਗਨਾ ਇੱਕ ਨੰਬਰ ਤੇ ਆਓ ਜੀ ਬੱਲੇ ਰਾਜਦੀਪ ਸੈਟ
ਕੈਪਟਨ ਜੀ ਰਾਤੋਂ ਦੀ ਤੇ ਪਹਿਲਾਂ ਜਨਮ ਜੀ ਬਹੁਤ ਬਹੁਤ ਧੰਨਵਾਦ ਬਹੁਤ ਸਮੇਂ ਤੋਂ ਨਹੀਂ ਪਾਸੇ ਪਧਿਆਈ ਵਾਲਾ ਗਗਨਾ ਜੀ ਕਾਲੀਆ ਦੀ ਗਗਨੇ ਦੀ ਟੀਮ ਆ ਗਈ ਹੈ ਮਾਤਾ ਦੇ ਮੁੰਡੇ ਆਓ ਜੀ ਗ੍ਰਾਮ ਚੋਟੂ ਮਾਤਾ ਦੇ ਮੁੰਡੇ ਰਾਣੀ ਆਓ ਜੀ ਟੀਮਾਂ ਮਾਤਾ ਦੇ ਕਾਲੀਆ ਦੀ ਟੀਮਾਂ ਦੇ ਰਾਣੀ ਅਜੇ ਤਾਰੇ ਨਿਕਲ ਦੇਣੇ ਨੀ ਜੀ ਇੰਨੀ ਹਲਦਾ ਤਾਂ ਨਹੀਂ ਗਈ ਮੈਂ ਤਾਂ ਰੱਖਿਆ ਵੀ ਉੱਥੇ ਫਸਟ ਤੇ ਆ ਨਾ ਬੈਂਚ ਤੇ ਰੱਖਿਆ ਕੋਈ ਤਾਰੇ ਤੁਹਾਨੂੰ ਭੁਲੇਖੇ ਬਣਦੇ ਇੱਦਾਂ ਨੇ ਕਰਕੇ ਪੰਜ ਗਿਆਰਾਂ ਹੋਏ ਬਈ ਪੰਜ ਤੇ ਗਿਆਰਾਂ ਹੈਲੋ ਮਾਨਾ ਦੇ ਮੁੰਡੇ ਆ ਕੇ ਕਾਲੀ ਚਲਾਈ ਪਈ ਮੈਚ ਸਹੀ ਅੰਕਲ ਜੀ ਤੁਹਾਨੂੰ ਲੱਗਦਾ ਸਹੀ ਚੱਲੀ ਜਾਂਦਾ ਜੀ ਮੇਰੇ ਹਿਸਾਬ ਨਾਲ ਪਤਾ
ਵਰਨਵਾਰੀ ਟੀਮ ਤਿਆਰ ਰਹੇਗੀ ਜਿਹੜੀ ਹਰਿਆਣੇ ਦੇ ਬੱਚਿਆਂ ਨੂੰ ਜੇ ਜਿੱਤਣੀ ਉਹਦਾ ਮੈਚ ਗੁੰਡਵਾਣਾ ਖੇਡਿਆ ਜਾਣਾ ਇਹ ਵੀ ਟੀਮਾਂ ਤਿਆਰ ਰਹਿਣਗੀਆਂ ਰੋਸਾ ਸੀ ਤੇ ਆਦਮ ਪਰਾਲ ਦੇ ਦੂਜਾ 2 ਨੰਬਰ ਗਰਾਊਂਡ ਚ ਰੋਸਾ ਦੀ ਸੀ ਟੀ ਤੇ ਆਦਮ ਪਰਾਲ ਪਹਿਲਾ ਮੁੰਡਾ ਪੀ ਹੋ ਜਾ ਹਾਂਜੀ ਹਾਂਜੀ ਇਹ ਤਾਂ ਹੈ ਅੰਕਲ ਜੀ ਸਹੀ ਗੱਲ ਹੈ ਵੈਸੇ ਵੀ ਮੈਚ ਬਣ ਰਹੀ ਹੈ ਪਤਾ ਨਹੀਂ ਗੱਲ ਜੀ ਕਮੈਂਟਰੀ ਨਹੀਂ ਹੋ ਰਹੀ ਕਮੈਂਟਰੀ ਕਰਕੇ ਮੈਚ ਬਣਦਾ ਨਾ ਇੰਨਾ ਵਧੀਆ ਮੈਚ ਚੱਲਦਾ ਸਰਪੰਚ ਕੜਾ ਹੀ ਦੇਵਾਂ ਬਾਬੇ ਜੀ ਆਦਮਪੁਰੇ ਦੀ ਟੀਮ ਆ ਗਈ ਹੈ
ਦੋਸਤ ਸੀਆਈਓ ਨੇ ਆਉਂਦੀ ਜਲਦੀ ਦੇ ਨਾਲ ਉਧਰ ਖੀਰ ਦਾ ਲੰਗਰ ਚਾਲੂ ਹੋ ਗਿਆ। ਜਿਹੜੇ ਵੀਰਾਂ ਨੇ ਖੀਰ ਸੰਗਣੀ ਹੈ ਸਭ ਸਕਦੇ ਜੀ, ਖੀਰ ਦਾ ਲੰਗਰ ਜਿਹੜਾ ਚਾਲੂ ਕਰਦਾ ਹੈ ਟੀਮਾਂ ਦੇ ਵੇਲੇ
ਆ ਸਮਾਂ ਨਾ ਖਰਾਬ ਕਰੀਏ ਆਪਾਂ, ਮੇਰੀ ਬੇਨਤੀ ਹੈ ਮੇਰੀ ਬਾਸ਼ਾ ਸਾਰਾ ਤੋਂ ਬੇਨਤੀ ਹੈ ਨਾ ਕਰੋ ਜੀ ਪੰਜ ਗਰੇ ਬਈ ਬਾਈ ਜੀ ਬਾਈ ਬੈਠੇ ਬੜਿਆ ਤੇ ਫਰੋਸਾ ਸੀ ਦੇ ਰਹਿੰਦੇ ਖਿਡਾਰੀ ਥੋੜੇ ਥੋੜੇ ਖਿਡਾਰੀ ਗਏ ਆ ਦੋਨਾਂ ਟੀਮਾਂ ਦੇ ਬੇਨਤੀ ਹੈ ਮੇਰੀ ਜਲਦੀ ਦੇ ਨਾਲ ਦੋਨਾਂ ਟੀਮਾਂ ਦੇ ਖਿਡਾਰੀ ਆ ਜਾਣਗੇ ਫਰੋਸਾ ਦੀ ਸੀ ਦੀ ਤੇ ਆਲੋ ਪਾ ਜੀ ਸਾਹਮਣੇ ਆਪਣੀ ਟੀਮ ਦੇ ਹਿੱਸੇ ਆਪਣੀ ਟੀਮ ਦੇ ਹਿੱਸੇ ਜੋਰ ਦਿੱਤਾ ਹੈ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਤਲਵੰਡੀ ਵਾਲਾ ਕਹਿੰਦਾ ਜੀਤ ਵੀ ਆਇਆ ਹੈ ਉਧਰ ਸੁੱਖੇ ਥਮਣ ਵਾਲੀ ਕਹਿੰਦਾ ਵੀ ਭਰਿਆਲੀ ਵਾਲੇ ਮੁੰਡੇ ਜਿੱਤ ਗਏ ਕਰੀਏ ਰੋਟੀ ਹੱਕ ਦੀ ਖਾਈਏ ਜੀ ਕਿਰਾਇਆ
ਬੂਟਾ 7100 ਕਰਤਾ ਸੁੱਖੂ ਨੇ। ਓਕੇ ਓਕੇ ਸੁੱਖੂ ਬੋਲਦੇ ਵੀਰੇ, ਲੈਟ ਉੱਡ ਗਈ, ਡੇਢ ਕਿਲੋ ਦੋ ਮਿੰਟ 7100 ਵੀਰੇ। ਜੇ ਸ਼ਾਲੂ ਭਰਿਆ ਜਾਂਦਾ ਤਾਂ ਸੁੱਖੂ ਥੰਮਣ ਵਾਲਾ ਆਸਟ੍ਰੇਲੀਆ ਵੱਲੋਂ ਵੇਟ ਕਰੋ ਵੀਰੇ, ਕਰਦੇ ਆ 900 ਲੈਟ ਚਲੀ ਗਈ ਸੁੱਖੂ, ਨੈਟ ਵੀ ਬੰਦ ਕਰ ਜਾਣਾ। ਵੇਟ ਕਰੀ ਸੁੱਖੂ ਬਾਈ, ਲੈਟ ਚਲੀ ਗਈ ਬਾਬੇ ਖੇਤੀ ਮੋੜ। ਹੈਲੋ ਹੈਲੋ, ਹਾਂਜੀ ਵਧੀਆ ਜੀ, ਹਾਂਜੀ ਹਾਂਜੀ ਟੂਰਨਾਮੈਂਟ ਆ। ਸੁੱਖੂ ਨੇ ਇੱਕ ਤਾਂ 11000 ਕਰਤਾ ਨਾ,
11 ਕਰਦਾ ਤੇ ਇੱਕ ਨਾ ਸਿੱਖ ਟੂਰਨਾਮੈਂਟ ਯਾਰ 11,000 81,900 21,100 ਸਿੰਘ ਦੇ ਦੋ ਪ੍ਰਿਆਲ ਦਾ ਹਾਂ ਦੋ ਪ੍ਰਾਇਜ ਸਿੱਖੇ ਦੇ ਮੇਲੇ ਦੀ ਹੈ 11,000 75,100 ਜਿਹੜਾ ਪ੍ਰਾਇਜ ਹੋਣਾ ਹੈ ਸਿੱਖਾਂ ਦਾ ਸਮਾਗ ਸਭ ਦੇ ਲਾਗੇ ਸਿੱਖਾਂ ਖੁਰਦ ਦੋ ਪ੍ਰਾਇਜ ਹੋਣੀ ਹੈ ਵਿਰੋਧ ਕਰਿਓ ਬਾਅਦ ਅੱਜ ਫਿਰ ਵਾਪਸੀ ਕਰਦੇ ਭਣਿਆਰੀ ਦੀ ਟੀਮ ਦੀ ਕੀਤੀ ਹੈ ਮੁੰਡੇ ਨੇ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਆਓ ਸਾਹਮਣੇ ਮੈਚ ਬੜਾ ਕਦੇ ਸਿਰੇ ਦਾ ਮੇਰੇ ਮਿੱਤਰ ਖੇਡੇ ਗਾਣੇ ਦੋਨਾਂ ਟੀਮਾਂ ਦੇ ਦਰਮਿਆਨ ਟੱਕਰ ਕਦੇ ਸਿਰੇ ਦੀ ਹੈ ਇਹਦੇ ਬਾਅਦ ਇੱਕ ਨੰਬਰ ਦੇ ਮੈਚ ਸੁਣਾ ਜੀ ਕਾਲੀ ਵਾਲਾ ਗੁਰੀ ਤੇ ਫਿਰ ਸਾਹਿਬ ਤੀਰਤ ਵੱਲੋਂ ਟੀਮਾਂ ਨੂੰ ਬੇਨਤੀ ਹੈ ਇੱਕ ਨੰਬਰ ਜਿਹੜਾ ਜਾਣ ਵਾਲਾ ਗਰਾਊਂਡ ਦਾ ਗਰਾਊਂਡ ਦੇ ਨੇੜੇ ਆ ਜਾਣਗੀ ਹੈ ਕਾਲੀ ਵਾਲਾ ਗੁਰੀ ਤੇ ਫਿਰ ਸਾਹਿਬ ਤੀਰਤ ਤੇ ਕਾਲੀ ਜੀ ਇਹਦੇ ਬਾਅਦ ਮੈਚ ਖੇਡਿਆ ਜਾਣਾ ਹੈ ਇੱਕ ਨੰਬਰ ਗਰਾਊਂਡ ਦੀ ਟੀਮਾਂ ਨੇੜੇ ਆਓ ਨਵੀਂ ਨਾਬੀ ਦੇਰੀ ਕਾਲੀ ਆ ਸੁਣਿਆ ਤੇ ਆਈਏ ਮੈਚ ਭਰ ਲਓ ਕੋਈ ਨੀ ਜੱਸੀ ਦੀ ਜਵਾਬ ਦਾ ਮੈਂ ਸੁਣਾਂਗਾ ਭਰ ਲਓ ਬਾਬਾ ਨਹੀਂ ਵਧਿਆ ਨੰਬਰ ਇੱਧਰ ਭਣਿਆਲੀ ਦੀ ਟੀਮ ਦਾ ਕੋਈ ਉੱਧਰ ਪੀਆ ਵੀ ਕਹਿੰਦੇ 11,000 ਹੋ ਗਿਆ ਹੈ ਉਹਨੇ ਨੰਬਰ ਹੈ ਜਿਹਨੇ ਕੱਲ ਸੀ ਉਹਨੇ ਨੰਬਰ ਹੈ ਜਿਵੇਂ ਤੋਂ ਸੱਤਵਾਂ ਨਿਕਲਦੇ ਨੇ ਕਦੇ ਬੜਾ ਸੰਘਰਸ਼ ਕਰਨਾ ਪੈਣਾ ਪਰ ਇੱਧਰ 15 ਹੋ ਗਏ ਹੈ ਦੋ ਕਪੜਾਂ ਦੀ ਖੇਡ ਬਾਕੀ ਹੈ ਵਾਹ ਕੰਮੂ ਆਹ ਮੁੰਡੇ ਨੂੰ ਕਹਿੰਦੇ ਵੀ ਪਾਕਿਸਤਾਨ ਭੇਜਦੇ ਕਰੋ ਜਦੋਂ ਸੀਜ਼ਨ ਆ ਜਾਂਦਾ ਹੈ ਇੱਧਰ ਸਰਵੇ ਕਹਿੰਦੇ ਫੇਰ ਤੇਜ ਹੈ ਬੜਾ ਸੋਹਣਾ ਮੈਚ ਗੱਤ ਵਾਲੇ ਨੇੜੇ ਰਹੇ ਜੇ ਤੁਨੇ ਗਰਾਊਂਡ ਕੇ ਰਹਿਣਾ ਹੈ ਗੱਤ ਵਾਲੇ ਮੁੰਡੇ ਨੇੜੇ ਰਹਿੰਦੇ ਜੀ ਜਦੋਂ ਪਾਕਿਸਤਾਨ ਗਿਆ ਤੇ ਕਮਲ ਲਾਲ ਲੈ ਗਈ 21,000
ਖੇਡ ਮੈਦਾਨ ਦੇ ਵਿੱਚ ਸਾਹਮਣਾ ਲਿਆ ਸੁੱਖੂ ਕਹਿੰਦਾ ਜੀ ਆਪਣੀ ਹਾਰੀ ਵਾਲੀ ਜਿੱਤ ਗਈ ਭਾਈ ਮੈਂ ਚੱਲਦਾ ਬੋਲਦਾ ਜੀ ਤੁਹਾਨੂੰ ਜੋ ਖੇਡ ਵਾਲੇ ਬੰਦੇ ਆਪਣੇ ਲਾਈਵ ਦੇ ਕੋਲ ਪਹੁੰਚੇ ਜੀ ਤਰਖਾਣ ਵਾਲੇ ਪਿੰਡ ਦਾ ਮੁੰਡਾ ਠੀਕ ਹੈ ਜੀ ਮੁੰਡੇ ਆਪਣੇ ਲਾਈਵ ਦੇ ਕੋਲ ਪਹੁੰਚੇ ਸਾਡੇ ਵੀਰ ਬਹੁਤ ਬਹੁਤ ਧੰਨਵਾਦ ਹੈ ਇਧਰਲੇ ਪਾਸੇ ਕਦੇ ਮੁੰਡੇ ਪਿਹਾਰੀ ਵਾਲੇ ਉਧਰਲੇ ਪਾਸੇ ਕਦੇ ਜਿਹੜੇ ਫਾਜ਼ਿਲ ਦੀ ਟੀਮ ਫਾਈਨਲ ਵਰਗਾ ਮੈਚ ਮੈਂ ਸੋਹਣਾ ਨਹੀਂ ਪਤਾ ਬੱਕਾ ਬਈ ਦਸਤਾਰ ਹੈ ਟੱਕਰ ਜਿਹੜੀ ਕਦੇ ਸਿਰੇ ਦੀ ਹੈ ਇੱਕ ਪਾਸੇ ਕਦੇ ਬੜਾ ਪੜਿਆ ਲਿਖਿਆ ਖਿਡਾਰੀ ਬੜਾ ਕਦੇ ਐਜੂਕੇਟਡ ਮੁੰਡਾ ਮੇਰੇ ਕੋਲੇ ਲਓ ਸਾਹਮਣੇ ਰਾਜਪਾਲ ਕਦੇ ਗਲਤੀ ਕਰ ਗਿਆ ਉਹ ਰਾਜਪਾਲ ਗਲਤੀ ਕਰ ਗਿਆ ਬ੍ਰਹਮਣਾ ਚਾਚਾ ਵੀ ਠੀਕ ਨਹੀਂ ਦੇਖੀ ਜਾਂਦਾ ਹੈ ਮੈਂ ਦੇਖਣੀ ਗੱਲ ਖਿਡਾਰੀ ਵਿੱਚ ਮਨਾਨਾ ਮੈਂ ਕਿਧਰ ਵੀ ਕਦੇ ਬੜਾ ਪੜਨਾ ਰੋਸਾ ਤੀਰਥ ਤੇ ਮੈਚ ਖੇਡਿਆ ਜਾਣਾ ਕਾਲੀਆ ਗੁਰੀ ਇੱਕ ਨੰਬਰ ਜਾ ਲਿਓ ਉਧਰ ਗਗਨਾ ਪੁਰਸੀ ਹੈ ਸਪਾਲ ਵਰਗੇ ਮੁੰਡੇ ਖੇਡਦੇ ਆ ਬਹੁਤ ਵਧੀਆ ਟੀਮ ਕਹਿੰਦੇ ਆਲੀਆ ਦੇ ਵਿੱਚ ਖੇਡ ਰਹੀ ਹੈ ਤੇ ਦੂਜੇ ਪਾਸੇ ਮਾਨਾ ਵਾਲੇ ਮੁੰਡੇ ਹੈ ਮਾਨਾ ਦੀ ਟੀਮ ਜਿੱਤ ਗਈ ਹੈ ਮੇਰੇ ਬੱਬੂ ਇੱਕ ਰੈਫਰੀ ਆ ਜਾਓ ਮਾਨਾ ਵਾਲੇ ਮੁੰਡੇ ਕੀ ਹੋ ਗਈ ਸਰ ਬਈ ਆ ਜੀ ਕਾਲੀਆ ਦਾ ਗੁਰੀ ਤੇ ਫਿਰੋਜ਼ਾ ਟੀਮ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਇੱਕ ਨੰਬਰ ਗਰਾਊਂਡ ਤੇ ਰਿਪੋਰਟ ਕਰੋ ਜੀ ਮੈਨੂੰ ਗੇਰੀ ਵਾਲੇ ਮਾਰੀ ਆਵਾਜ਼ ਨਵੀਂ ਟੀਮਾਂ ਹੋ ਗਏ ਜਲਦੀ ਤੋਂ ਮੇਰੀ ਬੇਨਤੀ ਆ ਜਲਦੀ ਦੀ ਟੀਮਾਂ ਦੇ ਖਿਡਾਰੀ ਆਓ ਜੀ ਲਓ ਸਾਹਮਣੇ ਰੈਫਰੀ ਦੇ ਫੈਸਲੇ ਜਿਹੜੇ ਅੰਤਿਮ ਹੋਣਗੇ ਰੈਫਰੀ ਦੇ ਫੈਸਲੇ ਜਿਹੜੇ ਕਹਿੰਦੇ ਅੰਤਿਮ ਹੋਣਗੇ ਮੇਰੇ ਮਿੱਤਰੋ ਇਹਨਾਂ ਖੇਡ ਦੇ ਮੈਦਾਨਾਂ ਦੇ ਅੰਦਰ ਦੋ ਪਾਸੀਆਂ ਵੇਖਣ ਵਾਲਾ ਮਣੀ ਕਹਿੰਦੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦੇ ਵੱਲੋਂ ਆਹ ਮੁੰਡੇ ਨੂੰ ਕਹਿੰਦੇ ਕਿ ਗੱਡੀ ਦੇ ਨਾਲ ਮੁੰਡੇ ਦਾ ਮਾਨ ਸਨਮਾਨ ਤੇ ਇੱਕ ਰੋਹਿਤ ਕਹਿੰਦੇ ਮੋਟਰਸਾਈਕਲ ਦੇ ਵਿੱਚ ਮਾਨ ਸਨਮਾਨ ਦੇ ਵਿੱਚ ਮਿਲਿਆ ਮੁੰਡੇ ਨੂੰ ਇਹ ਆ ਮਣੀ ਕਹਿੰਦੇ ਪਾਸੀਆਂ ਵੇਖਣ ਦੀ ਧਰਤੀ ਦਾ ਛੋਟੀ ਉਮਰ ਚ ਖਿਡਾਰੀ ਮੁੰਡਾ ਕਦੇ ਵੱਡਾ ਬਣ ਗਿਆ ਹੈ ਰਬ ਸਿੱਧੂ ਵਰਗੇ ਜਿਤਰਾਜ ਬਲ ਵਰਗੇ ਐਨ ਕਦੇ ਮੁੰਡੇ ਨੂੰ ਖੇਡ ਦੇ ਮਾਣ ਕਰਦੇ ਆ ਤੇ ਗੱਲਾਂ ਕਦੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਮੇਰੇ ਮਿੱਤਰੋ ਗੱਡੀਆਂ ਵਾਲੇ ਕਲੱਬ ਕੇ ਲੱਗੇ ਮੇਰੇ ਮਿੱਤਰੋ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਨੂੰ ਤੇ ਚਰਚੇ ਨੇ ਰਹਿੰਦੇ ਰਹੋ ਜੀ ਕਮਾਨ ਵਾਲੇ ਬਾਬੂ ਜੀ ਆ ਜਾਓ ਵੀਰ ਬਣ ਕੇ ਰੈਫਰੀ ਕਾਲੀਆਂ ਦਾ ਗੁਰੀ ਦੀ ਟੀਮ ਜੀ ਗਰਾਊਂਡ ਭੱਜ ਗਈ ਹੈ ਜਿਹੜੇ ਖਿਡਾਰੀ ਨਹੀਂ ਆਏ ਉਹ ਵੀ ਆ ਜਾਓ ਕਾਲੀਆਂ ਦਾ ਗੁਰੀ ਟੀਮ ਤੇ ਫਿਰੋਜ਼ਾ ਤੀਰਥ ਦੀ ਟੀਮ ਬੇਨਤੀ ਹੈ ਮੇਰੀ ਆ ਜਾਓ ਵੀਰ ਬਣ ਕੇ ਜਲਦੀ ਦੇ ਨਾਲ ਫਿਰੋਜ਼ਾ ਤੀਰਥ ਬਹੁਤ ਸੋਹਣਾ ਮੈਚ ਖੇਡਿਆ ਜਾਣਾ ਹੈ ਜਲਦੀ ਦੇ ਨਾਲ ਟੀਮਾਂ ਦੇ ਖਿਡਾਰੀ ਆ ਜਾਓ ਮੁਕਾਬਲਾ ਖੇਡਿਆ ਜਾ ਰਿਹਾ ਅੱਧਾ ਫਾਈਨਲ ਜਿਹੜਾ ਕਿਤੇ ਪੈ ਚੁੱਕਿਆ ਮੇਰੇ ਮਿੱਤਰੋ ਖੇਡਦੇ ਗਰਾਊਂਡ ਦੇ ਅੰਦਰ ਆਪਾਂ ਵੇਖਾਂਗੇ ਵੀ ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਕਦੇ ਤਾਂ ਸੁਭਾਲੇ ਸਾਥੋਂ ਜਾਂਦੇ ਲੋਕ ਨਾ ਕਦੇ ਕੱਖੋਂ ਹੋਲੇ ਨਾ ਕਮਾਈਆਂ ਰਹਿੰਦੀਆਂ ਤੇ ਸਦਾ ਹੀ ਹਾਲਾਤ ਰਹਿੰਦੇ ਮਾੜੇ ਬੰਦੇ ਤੇ ਸਦਾ ਹੀ ਬੰਦਿਆਂ ਚੜ੍ਹਾਈਆਂ ਰਹਿੰਦੀਆਂ ਸਦਾ ਹੀ ਹਾਲਾਤ ਰਹਿੰਦੇ ਮਾੜੇ ਬੰਦੇ ਤੇ
ਤੇ ਸਦਾ ਨਹੀਂ ਉਹ ਬੱਤੀਆਂ ਉਹ ਚੜਾਈਆਂ ਰਹਿੰਦੀਆਂ ਲਓ ਸਾਹਮਣੇ ਫੜ ਕੇ ਜਿਹੜਾ ਕਹਿੰਦੇ ਵੱਡਾ ਪੈ ਗਿਆ ਪ੍ਰਧਾਨੇ ਪਾਸੇ ਪੁੱਟੇ ਫਾਊਲ ਦੀ ਮੰਗ ਕਰਦੇ ਆ ਬਾਲ ਫਾਊਲ ਤੇ ਅਗਲੀ ਸਰਵਿਸ ਕਰਦੇ ਨੇ ਖਿਡਾਰੀ ਜਿਹੜੇ ਬੰਦੇ ਫੇਰ ਤਿਆਰ ਪਰ ਤਿਆਰ ਸੀ ਨਵੀਂ ਮੈਚ ਚਲਾਈਏ ਜੀ ਆਪਣੇ ਬਲਜੀਤ ਨਾਲ ਹੈਲੋ ਹਾਂਜੀ ਸੌ ਰਾਤੀ ਸਾਡੇ ਕਹਿਣ ਦੇ ਸਟੇਜ ਤੇ ਆ ਗਏ ਭਾਈ ਰੋਸਾ ਤੀਰ ਦੀ ਟੀਮ ਆਓ ਜੀ ਰੋਸਾ ਤੀਰ ਦੇ ਖਿਡਾਰੀ ਆ ਜਾਓ ਜਲਦੀ ਦੇ ਨਾਲ ਸੂਰਜ ਸੁੱਖੂ ਵੱਲੋਂ 31 ਕਰਤਾ ਨੇ ਸਾਲੂ ਜਦੋਂ ਦਾ ਸੁੱਖੂ ਤਾਂ ਪਹਿਲਾਂ ਕਰਨੀਆਂ ਸੀ ਸਵਾਦ ਵਾਧਾ ਆ ਜਾਣਾ ਸੀਗਾ ਤਰੀਕਾ ਸਹੀ ਆ ਟਾਈਮ ਬਹੁਤ ਪਿਆ ਸੀ ਬੱਚਿਆਂ ਦੇ ਘਰੇ ਹੁਣ ਦਾ ਟਾਈਮ ਨੇ ਖਤਮ ਹੋਣਾ ਬਾਈ ਟੂਰਨਾਮੈਂਟ ਬਹੁਤ ਵਧੀਆ ਟਾਈਮ ਆ ਟੂਰਨਾਮੈਂਟ ਖਤਮ ਹੋਣ ਦਾ ਹੋਰ
ਠੀਕ ਆ ਦਬੈਸ ਵਾਲਾ ਪੱਕਾ ਬਾਈ ਲੀਡ ਬਾਈ